ਦੋਨਾਂ ਸਿਸਟਰਸ ਚੋਂ ਸਭ ਤੋਂ ਜ਼ਿਆਦਾ ਨੌਟੀ ਕੌਣ ਸੀ ਬਚਪਨ ਦੇ ਵਿੱਚ? ਅੱਛਾ, ਜਦੋਂ ਸਾਡਾ ਬੇਬੀ ਬ੍ਰਦਰ ਹੋਇਆ ਸੀ, ਸੋ ਉਹ ਬੈੱਡ 'ਤੇ ਪਿਆ ਸੀ ਅਤੇ ਮੰਮੀ ਕੰਮ 'ਤੇ ਗਏ ਸੀ, ਸੋ ਡੈਡੀ ਸੀਗੇ. ਡੈਡੀ ਨੇ ਕਿਹਾ ਕਿ ਰੁਬੀਨਾ ਬਾਈ ਨੂੰ ਦੇਖੀ, ਮੈਂ ਬਾਹਰ ਕੁਛ ਕਿਚਨ ਤੋਂ ਕੁਛ ਲੈ ਕੇ ਆਉਣਾ. ਫਿਰ ਅਸੀਂ ਸੁਣਿਆ ਉਹ ਸਾਡਾ ਬ੍ਰਦਰ ਥੱਲੇ ਡਿੱਗਿਆ ਪਿਆ, ਬੈੱਡ ਤੋਂ ਸਿੱਟਤਾ ਇਹਨੇ ਸਿੱਟਿਆ, ਕਿਉਂਕਿ ਉਹ ਜੈਲਸੀ ਹੋ ਗਈ ਸੀ ਨਾ, ਇਹਨੇ ਸਿੱਟਿਆ. ਮੈਂ ਤਾਂ ਕੁਛ ਕੀਤਾ ਨੀ, ਆਪੇ ਡਿੱਗ ਪਿਆ. ਹਾਂ, ਫਿਰ ਉਹ ਬੀਬੀ ਆ ਗਿਆ ਨਾ, ਪਰ ਮੈਂ ਹਜੇ ਵੀ ਫੇਵਰੇਟ ਆ, ਸ਼ੁਕਰ ਆ ਕੁਛ ਹੋਇਆ ਨੀ ਜਵਾਬ.